ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਪੰਜਾਬ ਦੇ ਕਿਸਾਨਾਂ ਨੇ ਸੰਘਰਸ਼ ਆਰੰਭਿਆ ਹੈ ਔਰ ਅੱਜ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਏ ਨੇ ਔਰ ਪੰਜਾਬੀ ਦੀ ਇੱਕ ਸਿੱਖਾਂ ਦੀ ਬੜੀ ਕਹਾਵਤ ਹੈ ਦਿੱਲੀ ਮਾਰਨੀ ਅਤੇ ਬਿੱਲੀ ਮਾਰਨੀ ਕੋਈ ਸਿੱਖਾਂ ਵਾਸਤੇ ਔਖੀ ਗੱਲ ਨਹੀਂ। ਦਿੱਲੀ ਨੂੰ ਸਿੱਖਾਂ ਨੇ ਬੜੀ ਵਾਰੀ ਜਿੱਤਿਆ, ਇਤਿਹਾਸ ਗਵਾਹ ਹੈ ਇਸ ਗੱਲ ਦਾ। ਉਸ ਲਾਲ ਕਿਲ੍ਹੇ ਦੀ ਉਸ ਫਸੀਲ ਦੇ ਉੱਪਰ ਜਿਹਦੇ ਉੱਪਰ ਬਹਿ ਕੇ ਔਰੰਗਜ਼ੇਬ ਵਰਗੇ ਮੁਗਲ ਬਾਦਸ਼ਾਹ ਜਿਹੜੇ ਸੀਗੇ, ਜਿਹੜੇ ਫੈਸਲੇ ਕਰਿਆ ਕਰਦੇ ਸਨ, ਜਿਹੜੀ ਸਲੀਬ ਦੇ ਉੱਪਰ ਬੈਠ ਕੇ, ਉਹ ਸਲੀਬ ਸਾਡੇ ਸਤਿਕਾਰਯੋਗ ਬਾਬਾ ਬਘੇਲ ਸਿੰਘ ਹੋਣਾ ਨੇ, ਭਾਈ ਬਘੇਲ ਸਿੰਘ ਹੋਣਾ ਨੇ ਆਪਣੇ ਘੋੜਿਆਂ ਦੇ ਮਗਰ ਪਾ ਕੇ, ਅਤੇ ਅੱਜ ਵੀ ਗੁਰੂ ਰਾਮਦਾਸ ਦੀਆਂ ਪਕਰਮਾਂ ਦੇ ਵਿੱਚ ਉਹ ਫਸੀਲ ਤੁਸੀਂ ਦੇਖ ਸਕਦੇ ਹੋ। ਮੈਂ ਇਤਿਹਾਸਕ ਪੱਖ ਤੋਂ ਸ਼ੁਰੂਆਤ ਕਰ ਰਿਹਾ। ਪਹਿਲਾਂ ਦਿੱਲੀ ਨੂੰ ਕਈ ਵਾਰੀ ਸਿੱਖਾਂ ਨੇ ਜਿੱਤਿਆ, ਅੱਜ ਫਿਰ ਪੰਜਾਬ ਦੇ ਲੋਕ, ਪੰਜਾਬ ਦੇ ਸਿੱਖ ਦਿੱਲੀ ਨੂੰ ਦਹਾਕਿਆਂ ਬਾਅਦ ਫਤਿਹ ਕਰਨ ਵਾਸਤੇ ਤੁਰੇ ਨੇ। ਬੜੀਆਂ ਉਹਨਾਂ ਦੇ ਪੈਰਾਂ ਵਿੱਚ ਅਰਚਨਾ ਪਾਈਆਂ ਜਾ ਰਹੀਆਂ ਨੇ, ਬੜਾ ਵੱਖਰੇ ਵੱਖਰੇ ਤਰੀਕਿਆਂ ਨਾਲ ਤਾਨਾਸ਼ਾਹੀ ਪਾਵਰਾਂ ਦੇ ਨਾਲ ਉਹਨਾਂ ਨੂੰ ਰੋਕਿਆ ਜਾ ਰਿਹਾ। ਪਰ ਸਿੱਖਾਂ ਦੇ, ਪੰਜਾਬੀਆਂ ਦੇ ਅਡੋਲ ਇਰਾਦਿਆਂ ਦੇ ਗਾੜੀ ਪਰਬਤ ਵੀ ਨਹੀਂ ਅੜ ਸਕਦੇ। ਸਮਾਂ ਸੀ ਕਿਤੇ ਅਟਕ ਦਰਿਆ ਬੜਾ ਚੜ੍ਹ ਕੇ ਆ ਗਿਆ। ਮੈਂ ਪਹਿਲਾਂ ਬੇਨਤੀ ਕੀਤੀ, ਮੈਂ ਅੱਜ ਕਿਸਾਨਾਂ ਵਾਸਤੇ, ਕਿਸਾਨਾਂ ਦੇ ਹੱਕਾਂ ਵਾਸਤੇ ਲਾਈਵ ਹੋਇਆ, ਪਰ ਮੈਂ ਇਤਿਹਾਸ ਦਾ ਪੱਖ ਲੈ ਕੇ ਨਾਲ ਚੱਲਣ ਦਾ ਯਤਨ ਕਰਾਂਗਾ। ਨਸ਼ਹਿਰੇ ਦੀ ਜੰਗ ਜਿੱਤਣੀ ਹੈ, ਅਕਾਲੀ ਫੂਲਾ ਸਿੰਘ ਹੁਣੀ ਜਦੋਂ ਅਰਦਾਸ ਕਰ ਲਈ ਤੁਰਨ ਲੱਗੇ, ਤੇ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਅਕਾਲੀ ਜੀ ਅਜੇ ਆਪਾਂ ਨੂੰ ਰੁਕ ਜਾਣਾ ਚਾਹੀਦਾ ਥੋੜ੍ਹਾ ਚਿਰ, ਪਿੱਛੋਂ ਤੋਪਖਾਨਾ ਨਹੀਂ ਆਇਆ, ਪਿੱਛੋਂ ਬਰੂਦ ਪੂਰਾ ਤੋਪਖਾਨਾ ਨਹੀਂ ਆਇਆ, ਥੋੜ੍ਹਾ ਚਿਰ ਰੁਕ ਜਾਈਏ। ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਅਕਾਲੀ ਫੂਲਾ ਸਿੰਘ ਨੇ ਕਿਹਾ ਸੀ, ਮਹਾਰਾਜਾ ਰਣਜੀਤ ਸਿੰਘ ਤੂੰ ਰੁਕਣਾ ਤੇ ਰੁਕ ਜਾ, ਮੈਂ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਆ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕੀਤੀ ਆ, ਮੈਂ ਨਹੀਂ ਰੁਕਾਂਗਾ, ਮੈਂ ਚਾਲੇ ਪਾਉਣ ਲੱਗਾ। ਅਟਕ ਦਰਿਆ ਬੜਾ ਚੜ੍ਹ ਕੇ ਆਇਆ ਔਰ ਸਿੰਘਾਂ ਨੇ ਅਟਕ ਦਰਿਆ ਨੂੰ ਵੀ ਆਖਿਆ, ਓਏ ਅਟਕਾ ਅਟਕ ਜਾ, ਥੋੜ੍ਹੀ ਜਿਹੀ ਗੱਲ ਬਦਲੇ, ਐਵੇਂ ਜਾਣ ਕੇ ਵਾਧਾ ਵਧਾਈ ਦਾ ਨਹੀਂ, ਓਏ ਸਮਝ ਲੱਗ, ਸਮਝ ਜਾ ਆਖੇ ਲੱਗ, ਸਾਡੇ ਰੰਗ ਭੰਗ ਕਿਸੇ ਦੇ ਰੰਗ ਵਿੱਚ ਪਾਈ ਦਾ ਨਹੀਂ। ਅੱਜ ਵੀ ਇਤਿਹਾਸ ਗਵਾਹ ਵਾ, ਕਹਿੰਦੇ ਭਾਵੇਂ ਇਹ ਇੱਕ ਦੋ ਸੈਕਿੰਡ ਰੁਕੇ, ਅਟਕ ਦਰਿਆ ਅੱਜ ਵੀ 24 ਘੰਟਿਆਂ 'ਚ ਇੱਕ ਵਾਰੀ ਰੁਕ ਕੇ ਵਗਦਾ। ਜਿਨ੍ਹਾਂ ਦੇ ਹਿਰਦੇ ਕਮਜ਼ੋਰ ਸਨ, ਜਿਨ੍ਹਾਂ ਨੂੰ ਅਰਦਾਸ 'ਤੇ ਭਰੋਸਾ ਨਹੀਂ ਸੀ, ਰੁੜ ਵੀ ਗਏ ਹੋਣਗੇ ਕਈ ਲੋਕ ਘੋੜਿਆਂ ਸਣੇ, ਪਰ ਜਿਨ੍ਹਾਂ ਦੇ ਇਰਾਦੇ ਜਿਹੜੇ ਅਡੋਲ ਸਨ, ਵਿਸ਼ਵਾਸ ਸੀ, ਅਟਕ ਵਰਗੇ ਦਰਿਆਵਾਂ ਨੂੰ ਵੀ ਪਾਰ ਕਰ ਗਏ, ਅਟਕ ਦਰਿਆ ਵੀ ਅਟਕਾ ਨਹੀਂ ਸਕਿਆ ਸਿੱਖਾਂ ਨੂੰ। ਨਸ਼ਹਿਰੇ ਦੀ ਜੰਗ ਦੀ ਜਿੱਤ ਹੋਈ, ਉੱਚੀ ਚੋਟੀ ਦੇ ਉੱਪਰ ਸਿੱਖਾਂ ਨੇ ਖਾਲਸਾਈ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ, ਅਕਾਲੀ ਫੂਲਾ ਸਿੰਘ ਨੇ ਇੱਥੇ ਸ਼ਹੀਦੀ ਦਾ ਜਾਮ ਪੀਤਾ ਔਰ ਸਿੱਖਾਂ ਨੇ ਕਿਹਾ, ਅਕਾਲੀ ਜੀ ਜੀਵਨ ਬੜਾ ਕਮਾਇਆ, ਕੋਈ ਜ਼ਿੰਦਗੀ ਦਾ ਤਜਰਬਾ ਸਾਨੂੰ ਦੱਸ ਜਾਓ। ਅਤੇ ਅਕਾਲੀ ਫੂਲਾ ਸਿੰਘ ਨੇ ਆਖਰੀ ਸਮੇਂ ਗੱਲ ਬੜੀ ਪਿਆਰੀ ਕਹੀ ਸੀ, ਉਹ ਕਹਿੰਦੇ ਜ਼ਿੰਦਗੀ ਦਾ ਇੱਕ ਭੇਦ ਮੇਰੇ ਪਾਸ ਹੈ, ਜ਼ਿੰਦਗੀ ਦਾ ਇੱਕ ਤਜਰਬਾ, ਇੱਕ ਰਾਜ਼ ਮੇਰੇ ਕੋਲ ਆ। ਸਿੱਖਾਂ ਨੂੰ ਕਿਹਾ, ਜ਼ਿੰਦਗੀ ਦਾ ਇੱਕ ਭੇਦ ਮੇਰੇ ਪਾਸ ਹੈ, ਤੋਪਾਂ ਤੋਂ ਵੱਧ ਅਰਦਾਸ ਹੈ, ਅਰਦਾਸ ਦੇ ਵਿੱਚ ਤੋਪਾਂ ਨਾਲੋਂ ਵੀ ਵੱਧ ਸ਼ਕਤੀ ਹੈ। ਸੋ ਮੈਂ ਜ਼ਿਕਰ ਕਰ ਰਿਹਾ ਸਾਂ, ਲਾਲ ਕਿਲ੍ਹੇ ਦੀ ਉਹ ਜਿਹੜਾ ਤਖ਼ਤ ਸੀ, ਉਹ ਫਸੀਲ ਸੀਗੀ, ਉਹ ਸਲੈਬ ਜਿਹੜੀ ਸੀ, ਸਿੱਖਾਂ ਨੇ ਘੋੜਿਆਂ ਦੇ ਮਗਰ ਪਾ ਕੇ ਅੱਜ ਵੀ ਗੁਰੂ ਰਾਮਦਾਸ ਦੀਆਂ ਪਕਰਮਾਂ ਦੇ ਵਿੱਚ ਖੜੀ। ਜੇ ਕਿਤੇ ਜਦੋਂ ਦਰਸ਼ਨ ਕਰਨ ਜਾਓ ਗੁਰੂ ਰਾਮਦਾਸ ਦੇ ਚਰਨਾਂ 'ਚ, ਜਦੋਂ ਆਪਾਂ ਦਰਸ਼ਨ ਕਰਦੇ, ਪਕਰਮਾਂ ਕਰਦੇ ਹਾਂ, ਜਿੱਥੇ ਦੁੱਖ ਭੰਜਣੀ ਬੇਰੀ ਆ, ਉਹਦੇ ਆਪੋਜਿਟ ਦੂਜੇ ਬੰਨੇ ਵੇਖਿਓ, ਬਾਕੀ ਸਾਰੀ ਪਕਰਮਾਂ ਦੇ ਵਿੱਚ ਪੱਥਰ ਲੱਗਾ, ਉਹ ਇੱਕ ਬਿਲਡਿੰਗ ਤੁਹਾਨੂੰ ਲਾਲ ਨਜ਼ਰ ਆਏਗੀ, ਲਾਲ ਰੰਗ ਉਹਦਾ। ਉਹਦੇ ਉੱਪਰਲੇ ਬੰਨੇ ਵੇਖਿਓ, ਸ਼ੀਸ਼ੇ ਦੇ ਵਿੱਚ ਉਹ ਸਲੈਬ, ਉਹ ਫਸੀਲ, ਉਹ ਦਿੱਲੀ ਦਾ ਤਖ਼ਤ ਜਿਹੜਾ ਸੀ ਸਿੱਖਾਂ ਨੇ ਦੇੜ ਕੇ ਅੱਜ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਵਾ ਕੇ ਰੱਖਿਆ। ਜੇ ਫਿਰ ਅੱਜ ਦਿੱਲੀ ਦਾ ਤਖ਼ਤ, ਪਤਾ ਨਹੀਂ ਕੀ ਗੱਲ, ਦਿੱਲੀ ਦੇ ਤਖ਼ਤ 'ਤੇ ਮੁਗਲ ਬਾਦਸ਼ਾਹ ਤੋਂ ਲੈ ਕੇ ਇੰਦਰਾ ਗਾਂਧੀ ਤੱਕ, ਅੱਜ ਮੌਜੂਦਾ ਤਖ਼ਤ ਤੱਕ ਜਿਹੜਾ ਵੀ ਬੰਦਾ ਬਹਿੰਦਾ, ਹਉਮੈ ਹੰਕਾਰ ਦੇ ਵਿੱਚ ਇੰਨਾ ਆ ਜਾਂਦਾ ਕਿ ਜਿਸ ਨੂੰ ਚੰਗੇ ਮਾੜੇ ਦੀ ਜਾਂ ਪਬਲਿਕ ਦੀ, ਪਰਜਾ ਦੀ ਕੋਈ ਫਿਕਰ ਨਹੀਂ ਰਹਿੰਦੀ, ਅਤੇ ਉਹ ਆਪਣੀਆਂ ਮਨ ਆਈਆਂ ਕਰਨ ਲੱਗ ਪੈਂਦਾ। ਸੋ ਸਰ ਸੰਗਤ, ਅੱਜ ਜਿਹੜਾ ਪੰਜਾਬ ਦੇ ਕਿਸਾਨਾਂ ਨੇ ਚਾਹੀਦਾ ਸੀ, ਪੂਰੇ ਭਾਰਤ ਦੇ ਕਿਸਾਨ ਹੀ ਨਿਕਲਦੇ, ਪਰ ਵੱਡੀ ਪੱਧਰ ਦੇ ਪੰਜਾਬ ਦੇ ਕਿਸਾਨ ਨਿਕਲੇ ਆ, ਅਤੇ ਹਰਿਆਣੇ ਦੇ ਕਿਸਾਨਾਂ ਨੇ ਵੀ ਸਾਥ ਦਿੱਤਾ, ਉਹ ਵੀ ਨਿਕਲੇ, ਉਹਨਾਂ ਦਾ ਵੀ ਧੰਨਵਾਦ ਹੈ।
ਸੋ ਅੱਜ ਜਿਹੜੀ ਹੈ ਉਹ ਕੇਵਲ ਜ਼ਮੀਨ ਦੀ ਲੜਾਈ ਨਹੀਂ ਰਹਿ ਗਈ, ਅੱਜ ਜ਼ਮੀਰ ਦੀ ਲੜਾਈ ਹੈ। ਕੇਵਲ ਜ਼ਮੀਨ ਦੀ ਲੜਾਈ ਨਹੀਂ, ਜ਼ਮੀਰ ਦੀ ਲੜਾਈ ਹੈ। ਜੇ ਅੱਜ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਆਪਣੇ ਘਰਾਂ ਤੋਂ ਨਾ ਨਿਕਲ ਕੇ ਨਾ ਜਾਗੇ ਤੇ ਆਉਣ ਵਾਲੀਆਂ ਤੁਹਾਡੀਆਂ ਨਸਲਾਂ, ਪੀੜ੍ਹੀਆਂ ਖਤਮ ਹੋ ਸਕਦੀਆਂ। ਤੁਹਾਡਾ ਜਿਹੜਾ ਆਪਣਾ ਕੰਮ ਕਾਰ ਆ, ਆਪਣੀ ਜਿਹੜੀ ਜਾਇਦਾਦ ਹੈ, ਜੋ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਕ ਬਣਾਇਆ ਇਹਨਾਂ ਜ਼ਮੀਨਾਂ ਦੇ, ਤੁਸੀਂ ਫਿਰ ਉਹਨਾਂ ਮਨਜ਼ਾਰਿਆਂ ਵਾਂਗ ਇਹਨਾਂ ਰਜਵਾੜਿਆਂ ਦੇ ਥੱਲੇ ਆ ਜਾਵੋਗੇ। ਜਿਹੜਾ ਦਹਾਕੇ ਪਹਿਲਾਂ ਖਾਲਸਾ ਰਾਜ ਕਾਇਮ ਹੋਇਆ, ਤੁਹਾਨੂੰ ਇਹ ਜਿਹੜੀਆਂ ਜ਼ਗੀਰਾਂ ਮਿਲੀਆਂ, ਇਹ ਜ਼ਮੀਨਾਂ ਮਿਲੀਆਂ, ਮਾਲਕਾਨਾ ਹੱਕ ਮਿਲੇ, ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਜ਼ਮੂਰਾਂ ਦੇ ਨਾਲ ਮਾਸ ਖਚਾ ਕੇ ਆਪਣੇ 3.5 ਸਾਲ ਦੇ ਪੁੱਤਰ ਦਾ ਕਾਲਜਾ, ਆਪਣੇ 3.5 ਸਾਲ ਦੇ ਪੁੱਤਰ ਦਾ ਦਿਲ ਆਪਣੇ ਮੂੰਹ ਦੇ ਵਿੱਚ ਪਾ ਕੇ ਸ਼ਹਾਦਤ ਪ੍ਰਾਪਤ ਕੀਤੀ, ਪਰ ਸਾਨੂੰ ਜ਼ਮੀਨਾਂ ਦੇ ਹੱਕਦਾਰ ਬਣਾ ਕੇ ਗਏ। ਅੱਜ ਬੜੀ ਵੱਡੀ ਪੱਧਰ ਤੇ ਨੌਜਵਾਨ, ਮਾਤਾਵਾਂ, ਭੈਣਾਂ, ਬਜ਼ੁਰਗ ਜਵਾਨ ਘਰਾਂ ਤੋਂ ਨਿਕਲੇ ਨੇ, ਪਰ ਜਿੰਨੇ ਪੱਧਰ ਤੇ ਨਿਕਲਣੇ ਚਾਹੀਦੇ ਸੀ ਉਨੇ ਪੱਧਰ ਤੇ ਨਿਕਲੇ ਨਹੀਂ। ਭਾਵੇਂ ਬਹੁਤ ਗਿਣਤੀ ਚ ਗਏ ਨੇ, ਜਿੰਨੇ ਲੋਕ ਗਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਪਰ ਜਿੰਨੇ ਲੋਕ ਨਿਕਲਣੇ ਚਾਹੀਦੇ, ਹਰ ਪਿੰਡ ਚੋਂ ਇੱਕ ਟਰਾਲੀ ਨਿਕਲਣੀ ਚਾਹੀਦੀ ਸੀ ਕਿ ਘੱਟ ਤੋਂ ਘੱਟ, ਪਰ ਉਹਨੇ ਪੱਧਰ ਤੇ ਨਿਕਲੇ ਨਹੀਂ। ਪਰ ਫਿਰ ਵੀ ਮੁਬਾਰਕ ਹੈ ਜਿਹੜੇ ਗਏ ਨੇ, ਉਹਨਾਂ ਦੇ ਹੌਸਲਿਆਂ ਨੂੰ ਤਾਦ ਦੇਣੀ ਬਣਦੀ ਹੈ। ਅੱਜ ਜਿਹੜਾ ਸਮਾਂ ਹੈ, ਜਿਹੜਾ ਕਿਸਾਨਾਂ ਨੇ ਦਿੱਲੀ ਵੱਲ ਨੂੰ ਜਿਹੜਾ ਕੂਚ ਕੀਤਾ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਨੂੰ ਹਮੇਸ਼ਾ ਹੀ ਦਿੱਲੀ ਦਾ ਤਖ਼ਤ ਜਿਹੜਾ ਉਹ ਦਬਾਉਂਦਾ ਆਇਆ, ਪਰ ਪੰਜਾਬ ਕਦੀ ਦੱਬਿਆ ਨਹੀਂ, ਪੰਜਾਬ ਕਦੀ ਲਿਖਿਆ ਨਹੀਂ। ਸੋ ਅੱਜ ਕਿਸਾਨਾਂ ਨੇ ਜਿਹੜਾ ਕੂਚ ਕੀਤਾ, ਅੱਜ ਵੇਖਣ ਦੀ ਗੱਲ ਆਈ, ਵੱਡੇ ਵੱਡੇ ਪਰਬਤ ਨਹੀਂ ਸਿੰਘਾਂ ਨੂੰ ਰੋਕ ਸਕੇ। ਮੈਂ ਬੇਨਤੀ ਕਰਾਂ, ਮੈਂ ਇਤਿਹਾਸਕ ਪੱਖ ਨਾਲ ਲੈ ਰਿਹਾ, ਅੱਜ ਵੇਖਣ ਨੂੰ ਮਿਲਿਆ ਜਿਵੇਂ ਸ਼ੰਭੂ ਬਾਰਡਰ, ਖਨੌਰੀ ਦਾ ਬਾਰਡਰ, ਜਿਹੜੇ ਬਾਰਡਰ ਪੈਂਦੇ ਸਨ ਉਹਦੇ ਵਿੱਚ ਗਾੜੀ ਪੱਥਰ ਸੁੱਟੇ ਗਏ, ਬੜੇ ਬੜੇ ਵੱਡੇ ਜਿਹੜੀਆਂ ਸਲੈਬਾਂ ਹੁੰਦੀਆਂ ਨੇ ਕਹਿ ਲਓ, ਜਾਂ ਬੜੇ ਬੜੇ ਵੱਡੇ ਜਿਹੜੇ ਬੀਮ ਹੁੰਦੇ ਨੇ ਉਹ ਸੁੱਟੇ ਗਏ। ਹੈਰਾਨੀ ਦੀ ਹੱਦ ਨਹੀਂ ਰਹੀ। ਜਿਹੜਾ ਇਹ ਸ਼ੇਰ ਸ਼ਾਹ ਸੂਰੀ ਮਾਰ ਗਿਆ, ਜਿਹੜਾ ਮੇਨ GT ਰੋਡ ਆ ਇਹ ਵਾਲਾ, ਜਿਹੜਾ ਇਧਰੋਂ ਲਾਹੌਰ ਤੋਂ ਚੱਲ ਕੇ ਦਿੱਲੀ ਤੱਕ ਜਾਂਦਾ, ਉਹਦੇ ਵਿੱਚ ਕਿੰਨੇ ਕਿੰਨੇ ਫੁੱਟ ਡੂੰਘੇ JBCਾਂ ਦਾ ਟੋਏ ਮਾਰ ਦਿੱਤੇ ਪੂਰੇ ਰੋਡ ਦੇ ਵਿੱਚ। ਪਰ ਮੈਂ ਬੇਨਤੀ ਕਰਾਂ, ਇਹ ਤੇ ਉਹ ਕੌਮ ਹੈ, ਇਹ ਤੇ ਉਹ ਪੰਜਾਬੀ ਨੇ, ਇਹ ਤੇ ਉਹ ਸਿੱਖ ਘਰਾਂ ਤੋਂ ਜਿਹੜੇ ਨੇ ਨਿਕਲੇ ਹੋਏ ਨੇ, ਜਿਨ੍ਹਾਂ ਦੇ ਅੱਗੇ, ਜੇ ਮੈਂ ਜ਼ਿਕਰ ਕਰਾਂ, ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਪਰਬਤ ਵੀ ਜਿਹੜੇ ਨਹੀਂ ਅੜ ਸਕੇ। ਮੈਂ ਇਤਿਹਾਸ ਦਾ ਪੱਖ ਇਸ ਕਰਕੇ ਲੈ ਰਿਹਾ, ਇਹ ਸਿੱਖ, ਇਹ ਉਹ ਕੌਮ ਨਿਕਲੀ ਹੈ, ਜਦੋਂ ਮੁਲਤਾਨ ਦੇ ਕਿਲੇ ਦੀ ਕੰਧ ਦੇ ਵਿੱਚ ਪਾੜ ਪਾਉਣਾ ਸੀ ਨਾ, ਤੇ ਜਿਹੜੀ ਤੋਪ ਸੀ ਨਾ, ਉਹ ਤੋਪ ਦਾ ਇੱਕ ਪਹੀਆ ਟੁੱਟ ਗਿਆ। ਜਦੋਂ ਪਹੀਆ ਟੁੱਟ ਗਿਆ, ਉਹਦਾ ਬੈਲੈਂਸ ਨਾ ਰਿਹਾ ਤੇ ਗੋਲਾ ਨਹੀਂ ਚੱਲਦਾ। ਗੋਲਾ ਚਲਾਉਣ ਵਾਸਤੇ ਉਹਦੇ ਪਹੀਏ ਨੂੰ ਬੈਲੈਂਸ ਕਰਨਾ ਪੈਣਾ, ਤੇ ਸਿੱਖਾਂ ਨੇ ਲੈਣ ਲਾ ਦਿੱਤੀ। ਸਿੱਖ ਆਪਣਾ ਮੋਢਾ ਦਿੰਦੇ ਸਨ, ਇੱਕ ਗੋਲਾ ਚੱਲਦਾ ਸੀ ਤੇ ਜਿਹੜਾ ਸਿਰ ਸੀ ਧੜ ਨਾਲੋਂ ਵੱਖਰਾ ਹੋ ਕੇ ਸਰੀਰ ਫੀਤਾ ਫੀਤਾ ਹੋ ਕੇ ਉੱਡ ਜਾਂਦਾ ਸੀ, ਭਨਾ ਹੋ ਕੇ ਡਿੱਗਦਾ ਸੀ। ਲੈਣ ਲੱਗ ਗਈ ਸਿੰਘਾਂ ਦੀ, ਗੋਲੇ ਚੱਲੇ, ਸਿੰਘ ਫੀਤਾ ਫੀਤਾ ਹੋ ਕੇ ਉੱਡੇ, ਮੁਲਤਾਨ ਦੇ ਕਿਲੇ ਦੀ ਕੰਧ ਦੇ ਵਿੱਚ ਪਾੜ ਪਾ ਦਿੱਤਾ ਸੀ। ਇਹ ਟੋਏ ਕੀ ਚੀਜ਼ ਨੇ, ਇਹ ਖੱਡੇ ਕੀ ਚੀਜ਼ ਨੇ ਸੜਕਾਂ ਦੇ ਵਿੱਚ, ਇਹ ਤੇ ਆਪਣੇ ਬੁੱਕਾਂ ਦੇ ਨਾਲ ਪੰਜਾਬੀਆਂ ਨੇ ਪੂਰ ਦੇਣੇ ਤੇ ਦਿੱਲੀ ਤੱਕ ਜਿਹੜਾ ਉਹ ਪਹੁੰਚਣਾ। ਦਿੱਲੀ ਦੇ ਤਖ਼ਤ ਤੇ ਬਹੁਤ ਵਾਰੀ ਨਕੇਸ਼ਰੀ ਨਿਸ਼ਾਨ ਸਾਹਿਬ ਸਿੰਘਾਂ ਨੇ ਚਲਾਇਆ, ਅੱਜ ਫਿਰ ਦਿੱਲੀ ਦੇ ਤਖ਼ਤ ਨੇ ਵੰਗਾਰਿਆ ਹੈ ਪੰਜਾਬੀਆਂ ਦੀ ਅਣਖ ਨੂੰ, ਪੰਜਾਬੀਆਂ ਦੀ ਗੈਰਤ ਨੂੰ। ਕਿਤੇ ਉਹਨਾਂ ਨੂੰ ਸੱਦ ਸੱਦ ਕੇ ਮੀਟਿੰਗਾਂ ਵੀ ਕੀਤੀਆਂ, ਪਰ ਕਿਸੇ ਬੰਨੇ ਗੱਲ ਨਹੀਂ ਲਾਈ। ਸਰਕਾਰ ਦਾ ਫਰਜ਼ ਬਣਦਾ, ਜਿਹੜੇ ਦੇਸ਼ ਦੇ ਸੂਬੇ ਨੇ ਉਹ ਆਪਣੀ ਰਾਜਧਾਨੀ ਦੇ ਵਿੱਚ ਆਪਣਾ ਰੋਸ ਜ਼ਾਹਰ ਕਰਨ ਚੱਲੇ ਨੇ, ਆਪਣਾ ਪ੍ਰਦਰਸ਼ਨ ਕਰਨ ਚੱਲੇ ਨੇ, ਪਰ ਅੱਜ ਪੰਜਾਬੀਆਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ। ਇਹ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ, ਜਦੋਂ ਪਿਛਲੇ ਸਮਿਆਂ 'ਚ ਤਾਮਿਲਨਾਡੂ ਦੇ ਕਿਸਾਨਾਂ ਨੇ ਆਣ ਕੇ ਮੋਰਚੇ ਲਾਏ, ਜਦੋਂ ਇੱਥੇ ਹੋਰ ਕਿਸਾਨਾਂ ਨੇ ਆਣ ਕੇ ਮੋਰਚੇ ਲਾਏ, ਕਿਸਾਨ ਵਿਚਾਰਿਆਂ ਨੇ ਆਪਣਾ ਮੂੰਹ ਪੀ ਪੀ ਕੇ ਵਿਰੋਧ ਕੀਤਾ, ਨੰਗੇ ਹੋ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ, ਉਦੋਂ ਕਿਸੇ ਨੂੰ ਰੋਕਿਆ ਨਹੀਂ ਗਿਆ। ਅੱਜ ਜਿਸ ਤਰੀਕੇ ਨਾਲ ਰੋਕਾਂ ਡਾਹੀਆਂ ਜਾ ਰਹੀਆਂ ਨੇ, ਪਰ ਇਹਨਾਂ ਪੰਜਾਬੀਆਂ ਦੇ ਅੱਗੇ ਇਹ ਚੀਜ਼ਾਂ ਰੁਕੀਆਂ ਰੁਕਣੀਆਂ ਨਹੀਂ। ਇਹ ਲੋਕ, ਇਹ ਪੰਜਾਬੀ ਜਿਹੜੇ ਨੇ, ਇਹ ਦਿੱਲੀ ਤੱਕ ਪਹੁੰਚਣਗੇ, ਇਹ ਆਪਣਾ ਰੋਸ ਪੂਰਾ ਜ਼ਾਹਰ ਕਰਨਗੇ। ਠੀਕ ਹੈ, ਸਰਕਾਰਾਂ ਦਾ ਫਰਜ਼ ਬਣਦਾ ਲੋਕਾਂ ਲਈ ਚੰਗਾ ਸੋਚਣਾ, ਪਰ ਜੇ ਕੋਈ ਮੇਰੇ ਵਾਸਤੇ ਚੰਗਾ ਸੋਚਦਾ ਤੇ ਉਹ ਮੈਨੂੰ ਚੀਜ਼ ਚੰਗੀ ਨਹੀਂ ਲੱਗ ਰਹੀ ਤੇ ਸੋਚਣ ਵਾਲੇ ਨੂੰ ਕੀ ਪ੍ਰੋਬਲਮ ਆ, ਉਹ ਨਾ ਸੋਚੇ। ਜਿਹੜਾ ਕਾਨੂੰਨ ਬਣਾਏ ਗਏ ਨੇ, ਜਿਸ ਤਰ੍ਹਾਂ ਦਾ ਸਿਸਟਮ ਬਣਾਇਆ ਗਿਆ ਹੈ,
ਜੇ ਉਹ ਪੰਜਾਬ ਦੇ ਕਿਸਾਨਾਂ ਨੂੰ ਜਾਂ ਭਾਰਤ ਦੇ ਕਿਸਾਨ ਕਹਿ ਰਹੇ ਸਾਨੂੰ ਚੰਗਾ ਨਹੀਂ, ਸਾਡੇ ਵਾਸਤੇ ਡੈਥ ਵਾਰੰਟ ਆ ਇਹ ਕਾਨੂੰਨ, ਸਾਡੇ ਵਾਸਤੇ ਫਾਂਸੀ ਦਾ ਰੱਸਾ ਇਹ ਕਾਨੂੰਨ, ਸਾਡੇ ਵਾਸਤੇ ਆਤਮਦਾਹ ਵਾਲੀ ਚੀਜ਼ ਹੈ ਕਾਨੂੰਨ, ਤੇ ਫਿਰ ਕਿਉਂ ਇਹਨਾਂ ਕਿਸਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ? ਜਿਹੜੇ ਕਾਨੂੰਨ ਇਹ ਜਿਹੜੇ ਨੇ, ਜਿਹੜੇ ਕਿ ਐਸ ਡੀ ਐਮ ਡੀ ਸੀ ਤੋਂ ਤਾਂ ਨਹੀਂ ਜਾਂਦੇ, ਤੇ ਕਿਹੜੇ ਡੀ ਸੀ ਚ ਜਾਂ ਕਿਹੜੇ ਥਾਣੇਦਾਰ ਦੇ ਵਿੱਚ ਪਾਵਰ ਹੈ ਜਿਹੜਾ ਅੰਬਾਨੀ ਅਡਾਨੀ ਵਰਗੇ ਨੂੰ ਫੜ ਕੇ ਲੈ ਆਊਗਾ ਬੰਬੇ ਦੇ ਉੱਤੋਂ, ਮੁੰਬਈ ਦੇ ਵਿੱਚੋਂ? ਇਸ ਕਰਕੇ ਇਹ ਸਿੱਖਾਂ ਨੂੰ ਇਸ ਕਾਨੂੰਨ ਦੇ ਵਿੱਚ ਬੰਨਿਆ ਜਾ ਰਿਹਾ ਹੈ, ਇਹ ਕਾਰਪੋਰੇਟ ਸਾਰਾ ਕੁਛ ਕਰਕੇ। ਅੱਜ ਜਿੰਨੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਪਾਰੀਆਂ, ਆੜ੍ਹਤੀਆਂ ਜਾਂ ਦੁਕਾਨਦਾਰਾਂ ਨੂੰ ਸਾਥ ਦੇਣਾ ਚਾਹੀਦਾ ਸੀ, ਉਹਨਾਂ ਨੇ ਪੂਰਨ ਰੂਪ ਦੇ ਵਿੱਚ ਸਾਥ ਨਹੀਂ ਦਿੱਤਾ। ਅੱਜ ਫਿਰ ਦਹਾਕੇ ਪਹਿਲਾਂ ਵਾਲੀ ਗੱਲ ਜਿਹੜੀ ਹੈ, ਅੱਜ ਜੇ ਕਹਿ ਲਈਏ ਤੇ ਕੁਛ ਕੱਟਰ ਜਿਹੜੇ ਕੱਟਰਪੰਥੀ ਧਰਮ ਕੱਟਰ ਧਰਮ ਦੇ ਵਿੱਚ ਨੇ, ਅੱਜ ਉਹ ਫਿਰ ਜਿਹੜੇ ਦਿੱਲੀ ਦੇ ਤਖ਼ਤ ਦੇ ਸਾਥ ਦਿੰਦਾ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਨੇ ਇਹ ਨਹੀਂ ਵੇਖਿਆ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਬਿਜਲੀ ਉਹਨਾਂ 'ਤੇ ਵੀ ਡਿੱਗਣੀ ਆ। ਜੇ ਕਿਸਾਨ ਖਤਮ ਹੋ ਗਿਆ ਤੇ ਛੋਟੇ ਵਪਾਰ ਦੁਕਾਨਦਾਰ ਉਹ ਵੀ ਸਾਰਾ ਕੁਛ ਖਤਮ ਹੋ ਜਾਊਗਾ। ਪਰ ਅੱਜ ਪੰਜਾਬੀ ਆਪਣੀ ਗੈਰਤ ਦੇ ਨਾਲ ਨਿਕਲੇ ਨੇ ਦਿੱਲੀ ਵੱਲ ਨੂੰ, ਬੜਿਆ ਉਹਨਾਂ ਦੇ ਗਾੜੀ ਮੁਸ਼ਕਲਾਂ ਕੀਤੀਆਂ ਜਾ ਰਹੀਆਂ ਨੇ, ਪਰ ਸਭ ਕੁਛ ਪਾਰ ਕਰਕੇ ਅੱਗੇ ਨੂੰ ਵੱਧਦੇ ਜਾ ਰਹੇ ਨੇ। ਇੱਕ ਵਾਰੀ ਦੁਨੀਆਂ ਦੇ ਲੋਕਾਂ ਨੂੰ ਦੱਸ ਦੇਣਗੇ, ਭਾਵੇਂ ਕਿ ਇੰਟਰਨੈਸ਼ਨਲ ਮੀਡੀਆ ਇਸ ਚੀਜ਼ ਨੂੰ ਨਹੀਂ ਵਿਖਾ ਰਿਹਾ, ਦੂਸਰੇ ਚੈਨਲ ਵਿਖਾ ਰਹੇ ਨੇ, ਪਰ ਇੰਟਰਨੈਸ਼ਨਲ ਜਿਹੜਾ ਮੀਡੀਆ, ਜਿਹੜਾ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ, ਉਹ ਅੱਜ ਭਾਵੇਂ ਇਸ ਸੰਘਰਸ਼ ਨੂੰ ਨਹੀਂ ਵਿਖਾ ਰਿਹਾ, ਪਰ ਫਿਰ ਵੀ ਇਹ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਚੀਜ਼ਾਂ ਜਿਹੜੀਆਂ ਪਹੁੰਚ ਰਹੀਆਂ ਨੇ। ਉੱਥੇ ਅੱਜ ਜਿੱਥੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਹੈ, ਉੱਥੇ ਕਿਸਾਨ ਬਚਾਓ ਮੋਰਚਾ, ਇੰਟਰਨੈਸ਼ਨਲ ਪੰਥਕ ਦਲ ਦੇ ਵਰਕਰਾਂ ਵੱਲੋਂ ਵੀ ਵੱਡੇ ਪੱਧਰ 'ਤੇ ਦਿੱਲੀ ਨੂੰ ਜਿਹੜੇ ਨੇ ਉਹ ਚਾਲੇ ਪਾਏ ਹੋਏ ਨੇ। ਸੋ ਅਸੀਂ ਇੰਟਰਨੈਸ਼ਨਲ ਪੰਥਕ ਦਲ ਦੇ ਕਿਸਾਨ ਬਚਾਓ ਮੋਰਚੇ ਦਾ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੂੰ ਬਹੁਤ ਸਪੋਰਟ ਕਰਦੇ ਹਾਂ, ਤਾਂ ਕਿ ਉਹ ਇਸ ਸੰਘਰਸ਼ ਦੇ ਵਿੱਚ ਸਮੁੱਚੇ ਪੰਜਾਬੀਆਂ ਦਾ ਜਿਹੜਾ ਉਹ ਸਾਥ ਦੇਣ, ਜਿੱਥੇ ਵੱਡੀਆਂ ਔਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਗੇ ਜਿਹੜਾ ਆਉਣਾ ਚਾਹੀਦਾ, ਕਿਉਂਕਿ ਅੱਜ ਜਿਹੜੀ ਲੜਾਈ ਹੈ ਉਹ ਇੱਕ ਅਣਖ ਦੀ ਲੜਾਈ ਹੈ। ਜੇ ਪੰਜਾਬ ਦੇ ਵਿੱਚੋਂ ਕਿਸਾਨੀ ਖਤਮ ਹੁੰਦੀ ਹੈ ਤੇ ਉਹਦੇ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਉਹ ਸਾਹਮਣੇ ਆਉਣਗੇ। ਸੋ ਅੱਜ ਜਿਹੜੇ ਪੰਜਾਬੀ ਨੇ, ਅੱਜ ਜਿਹੜਾ ਨੌਜਵਾਨ ਹੈ, ਬੜੇ ਸ਼ਾਂਤਮਈ ਤਰੀਕੇ ਨਾਲ ਚੱਲੇ ਨੇ ਉੱਥੇ ਨਾਲ ਕਿਸਾਨਾਂ ਨੂੰ, ਜਥੇਬੰਦੀਆਂ ਨੂੰ ਬੇਨਤੀ, ਬੜੇ ਜਜ਼ਬੇ ਦੇ ਵਿੱਚ ਰਹਿਣ, ਜਾਬਤੇ ਦੇ ਵਿੱਚ ਰਹਿਣ, ਕਿਉਂਕਿ ਕੋਈ ਬੰਦਾ ਵੀ ਹੁੱਲੜਬਾਜ਼ੀ ਜਿਹੜੀ ਉਹ ਕਰ ਸਕਦਾ, ਸ਼ਾਂਤਮਈ ਪ੍ਰਦਰਸ਼ਨ ਨੂੰ ਜਿਹੜਾ ਹੈ ਕੋਈ ਹੋਰ ਰੂਪ ਵੀ ਦੇ ਸਕਦਾ। ਇਸ ਕਰਕੇ ਸੁਚੇਤ ਰਹਿਣ ਦੀ ਲੋੜ ਹੈ। ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਔਰ ਗਰਮ ਖੂਨ ਹੁੰਦਾ ਹੈ, ਉਹਨਾਂ ਨੂੰ ਵੀ ਬੜੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਅਸੀਂ ਆਪਣਾ ਇਹ ਮੋਰਚਾ ਜਿਹੜਾ ਉਹ ਫਤਿਹ ਕਰਨਾ ਹੈ, ਅਸੀਂ ਆਪਣੇ ਸੰਘਰਸ਼ ਦੇ ਵਿੱਚ ਦਿੱਲੀ ਤੱਕ ਜਿਹੜਾ ਉਹ ਪਹੁੰਚਣਾ ਹੈ। ਸੋ ਇਸ ਕਰਕੇ ਇਸ ਹਕੂਮਤ ਨੂੰ ਇਹ ਚਾਹੀਦਾ ਹੈ ਕਿ ਇਹ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰੇ। ਜਦੋਂ ਕਾਨੂੰਨ ਬਣਾਏ ਆ ਜਿਹੜੇ ਕਾਰਪੋਰੇਟ ਘਰਾਣੇ ਆ, ਜਿਹੜੇ ਇਹ ਵੱਡੇ ਅਬਾਨੀਆਂ ਅਡਾਨੀਆਂ ਵਰਗੇ ਲੋਕਾਂ ਦੇ ਨਾਲ ਬਹਿ ਕੇ ਏਸੀ ਕਮਰਿਆਂ ਦੇ ਵਿੱਚ ਇਹ ਕਾਨੂੰਨ ਬਣੇ ਨੇ, ਇਹ ਕਾਨੂੰਨ ਕਿਸਾਨਾਂ ਦੀ ਰਾਏ ਦੇ ਨਾਲ ਬਣਨੇ ਚਾਹੀਦੇ ਸੀ। ਇਸ ਕਰਕੇ ਅਸੀਂ ਵਿਦੇਸ਼ਾਂ ਦੇ ਸਿੱਖ ਪੰਜਾਬ ਦੇ ਕਿਸਾਨਾਂ ਦੇ ਨਾਲ ਆ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਆ, ਹਰ ਤਰ੍ਹਾਂ ਜਿਹੜਾ ਉਹ ਸਹਿਯੋਗ ਕਰਾਂਗੇ। ਵੇਖਿਆ ਦੁਨੀਆਂ ਦੇ ਲੋਕਾਂ ਨੇ ਫੋਰਨ ਕੰਟਰੀਆਂ ਦੇ ਵਿੱਚ ਵੀ, ਅਮੈਰੀਕਾ, ਕਨੇਡਾ, ਯੂਰਪ ਦੇ ਵਿੱਚ ਵੀ ਰੈਲੀਆਂ ਕਿਸਾਨਾਂ ਦੇ ਹੱਕ ਵਿੱਚ ਨਿਕਲੀਆਂ। ਇੰਗਲੈਂਡ ਦੇ ਵਿੱਚ ਸਿੱਖਾਂ ਨੇ 4 ਰੈਲੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਕੱਢ ਕੇ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕੀਤੀ। ਸੋ ਇਸ ਕਰਕੇ ਆਹ ਜਿਹੜਾ 26-27 ਦਾ ਦਿੱਲੀ ਚਲੋ ਦਿੱਲੀ ਦਾ ਜਿਹੜਾ ਸੱਦਾ, ਇਹਨੂੰ ਪੂਰਨ ਸਹਿਯੋਗ ਜਿਹੜਾ ਮਿਲਿਆ। ਪਰ ਇਸ ਤੋਂ ਅੱਗੇ ਜਿਹੜਾ ਕਿਸਾਨ ਕੋਈ ਵੀ ਜਿਹੜਾ ਸੁਨੇਹਾ ਲਾਉਂਦੇ ਨੇ ਜਾਂ ਜਿਹੜਾ ਸੰਘਰਸ਼ ਲੀਕਦੇ ਨੇ, ਉਹਦੇ 'ਚ ਸਮੁੱਚੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ, ਵੱਧ ਤੋਂ ਵੱਧ ਸ਼ਿਰਕਤ ਕਰਿਓ। ਜਿਹੜਾ ਹੈ, ਜੇ ਅੱਜ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੇ ਤੇ ਸਮਾਂ ਆ ਜਾਣਾ ਜੇ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ, ਤੁਹਾਡੀਆਂ ਜਾਇਦਾਦਾਂ ਤੋਂ ਬਾਹਰ ਕਰ ਦੇਣਾ ਜੇ ਉਹਨਾਂ ਲੋਕਾਂ ਨੇ। ਤੁਸੀਂ ਆਪਣੀ ਮਾਲਕੀ ਦੇ ਉੱਪਰ ਦਿਹਾੜੀ ਲਾਉਣ ਜੋਗੇ ਨਹੀਂ ਜੇ ਰਹਿਣਾ। ਅੱਜ ਜਿੱਥੇ ਅਡਾਨੀ ਦਾ ਸੈਲਰ ਆ ਮੇਨ, ਜਿੱਥੇ ਅਡਾਨੀ ਦਾ ਗੋਦਾਮ ਆ ਫਿਰੋਜ਼ਪੁਰ ਵਾਹ ਪਿੰਡ ਦੇ ਵਿੱਚ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਬਚਾਓ ਮੋਰਚਾ, ਇੰਟਰਨੈਸ਼ਨਲ ਪੰਥਕ ਦਲ ਨੇ ਉਹਦੇ ਸੈਲਰ ਦਾ ਘਿਰਾਓ ਕੀਤਾ ਹੋਇਆ, ਉਹਦੇ ਗੇਟ 'ਤੇ ਧਰਨਾ ਚੱਲ ਰਿਹਾ ਬੜੇ ਦਿਨਾਂ ਦੇ ਉੱਤੋਂ, ਉੱਥੇ ਉਹਨਾਂ ਨੇ ਜਿਹੜੀ ਪੰਜਾਬ ਦੀ ਪਿੰਡਾਂ ਦੀ ਜਿਹੜੀ ਲੇਬਰ ਸੀ ਉਹ ਬਾਹਰ ਕੱਢ ਦਿੱਤੀ ਆ, ਅਤੇ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਨੇ ਉਹਨਾਂ ਨੇ ਉੱਥੇ ਲੋਕ ਲਿਆ ਕੇ ਜਿਹੜੇ ਲੇਬਰ 'ਤੇ ਲਾਏ ਨੇ। ਇਸ ਕਰਕੇ ਇਹਨਾਂ ਲੋਕਾਂ ਨੇ ਤੁਹਾਨੂੰ ਦਿਹਾੜੀ 'ਤੇ ਵੀ ਨਹੀਂ ਜੇ ਰੱਖਣਾ, ਇਹਨਾਂ ਦੂਜੀਆਂ ਸਟੇਟਾਂ ਦੇ ਲੋਕ ਲੈ ਕੇ ਆਉਣੇ ਜੇ। ਇਸ ਕਰਕੇ ਤੁਹਾਨੂੰ ਇਹ ਸੋਚਣ ਦੀ ਲੋੜ ਹੈ, ਅੱਜ ਜੇ ਤੁਸੀਂ ਘਰਾਂ ਤੋਂ ਬਾਹਰ ਨਾ ਨਿਕਲੇ ਤੁਹਾਨੂੰ ਆਪਣੀਆਂ ਜਾਇਦਾਦਾਂ ਤੋਂ ਬਾਹਰ ਨਿਕਲਣਾ ਪੈ ਸਕਦਾ। ਇਸ ਕਰਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣੋ, ਆਪਣੇ ਜ਼ਮੀਰ ਨੂੰ ਜਗਾਓ
किसे वाल ना वेखो जे कोई निकलू तो मैं फिर निकलू, घरों निकल की लोड़ है फिर काफले बन जाते ने। अज असी किसान जथेबंदियां जिहड़ियां कत्ती दियां कत्ती किसान जथेबंदियां जां जिहड़ियां गईयां ने उन्हां दा बहुत धन्नवाद करदे हां। और आने वाले दिनों दे विच यतन करांगे विदेशां दे सिख वध तों वध जिहड़ा पंजाब दे किसानां दा जथेबंदियां दा जिहड़ा उह साथ देणगे तां कि इह जिहड़ा किसानां दा मोर्चा संघर्ष है इह सफल होवे। भावें ठंड दे दिन आ गए ने पर किसान भी अपनी पूरी तैयारी दे विच बैठे ने, क्योंकि बड़े लंबे लंबे मोर्चे लाए। मैं सोच रहा सां, कल ही मैं एक सज्जन नाल गल कर रहा सां, समयां बाद इतिहास दोहराया जांदा, 9-10 महीने का जिहड़ा मोर्चा सीगा उह जैतो दा मोर्चा लगदा, पंजाबी सूबा मोर्चा भी बहुत लंबा समा लगदा, तो यह किसानां दा मोर्चा भी मैनूं लगदा कि लंबा समा जिहड़ा चलेगा, इतिहास नूं इतिहास दोहराएगा। सो अज लोड़ है सानूं जिहड़ा अपने इतिहास नूं फरोलण दी, अज लोड़ है जिहड़ा श्री आनंदपुर साहब दा मता श्रोमणी अकाली दल लैके आया सी वाधू अधिकारां दी गल, जिहदे च जिहड़े किसान आ अपणियां जिनसां दे भाअ उह तय करनगे, किसान अपनी फसल जिथे चाहे उथे खड़ के वेच सकदा, अज उस मते नूं लागू कराउण दी लोड़ है। जिहड़ी अकाली दल इस मते नूं लैके आया सीगा, 3 वार उन्हां ने राज भोगिया पूर्ण तौर दे उत्ते, 5-5 साल उन्हां ने अपना राज पूरा कीता, पर अज कोई भी अकाली लीडर आनंदपुर साहब दे मते दा नाल लैण नूं तैयार नहीं। इह मता अकाली दल लैके आउंदा है, इहदे ते पहिरा संत जरनैल सिंह भिंडरां वालिआं ने दित्ता वी हुण आनंदपुर दे मते तों इक इंच भी इधर उधर नहीं होण देणा। इस करके अज फिर अकालियां नूं लोड़ है, जे अपनी डिगदी शाख तुसीं बचाउणी है, 100 साला तुसीं शताब्दी अकाली दी श्रोमणी गुरद्वारा प्रबंधक कमेटी दी मनाई है, अगले महीने अकाली दल दी 100 साला जिहड़ी आ उह शताब्दी जिहड़ी आउणी है, पर शताब्दी मनाउण दा तां ही तुहानूं फायदा जे जे तुसीं अपने मुड़ उस संघर्ष दे उपर उस जिहड़ा सिधांत सी पहलां वाला उह जिहड़ा पंथ वास्ते वारन दा सब कुछ चाह सी उस नूं लै के आओ, परिवार वास्ते ना सारा कुछ करो, पुत भतीजा वास्ते सारा कुछ दा ते ना ला दिओ। बहुत कुछ पंजाब दा दा इन्हां राष्ट्री लोकां ने लाता, ये पंथक कहाउण वाली पार्टी ने बहुत पिछे खड़ के पंजाब नूं खड़ा कर दिता, किन्ने हजारां करोड़ इन्हां राजनीतिक पार्टियां ने पंजाब दे सिर जिहड़ा करजा चाढ़ दिता, बहुत हर एक चीज की काला बाजारी जिहड़ी आ उह हो के जिहड़ा इन्हां ने पंजाब नूं इन्हां थले ला दिता, बहुत वड्डियां इमारतां वेच दित्तियां गईयां, गिरवी रख दित्तियां गईयां, बड़ा वड्डा उद्योग जिहड़ा सी उह वी भारत सरकार ने पंजाब दा खत्म कर दिता, दूजे सूबिआं नूं छोटा दे दे के पंजाबी सूबे मोर्चे वास्ते संघर्ष लड़िया पंजाबियां ने, उहदी मंग कीती ते पंजाबियां नूं सूबा जेलां कट के डांगा खा के शहीदियां पवा के कुड़कियां करा के मिलिया, दूजे सूबिआं नूं एक भी किसे नूं एक सोटी किसे दे नहीं वज्जी ते बोली दे आधार ते उह सूबे बण गए। पर लंगड़ा सूबा विचों हरियाणा कढ दिता, हिमाचल कढ दिता, गंगानगर तक सिहत तहसीलां जिहड़ियां उह गईआं, जिहड़ा भाखड़ा डैम आ उह पंजाब तों जिहड़ा बाहर कर दिता गया बड़ियां इह साजिशां दे नाल, पर अज फिर साजिशां पंजाब दे उपर कीतियां जा रहीआं ने। सो इह पंजाब दे लोक कदे भी जिहड़ियां उह बर्दाश्त नहीं करनगे। सो इस करके जिन्नियां भी संस्थावां ने लोक ने उहनां नूं इहनां किसानां दा जिहड़ा उह साथ देणा चाहीदा, और सरकार नूं बड़े तरीके दे नाल इहनां दे नाल गल करनी चाहीदी, इहनां नाल विचार करनी चाहीदी है वी किसान की चाहुंदे ने, जे किसान नहीं चाहुंदे उह कम सरकारां नूं नहीं करने चाहीदे, इह कानून सरकारां नूं जिहड़े उह वापस लैणे चाहीदे ने, तां कि इह इक भारत दा भारत सब तों वड्डा डेमोक्रेटिक जिहड़ा है उह कंट्री कहाउंदा जिस डेमोक्रेसी की गल है, पर किते भी यह मनिया नहीं जाता जो तानाशाही चीजा जिहड़ियां उह कीतियां जा रही ने, अज कट्टरवाद चीजा जिहड़ियां उह कीतियां जा रही ने, घट गिणतियां नूं दबाया जा रहा है। इस करके इस भारत की सरकार की जिहड़ी पॉलिसी है वह यह पॉलिसी है भी जिहड़ा जट किसान है, जट सिख किसान है जिहड़ा, इहनूं पछाड़ दिता जाए, जिवें हरियाणे च जटां नूं पछाड़ दिता गया ते दूजी सरकार जिहड़ी बनाई जिहड़ी खट्टर की सरकार चल रही है। इस करके आने वाले दिनों च जिहड़ी इह सरकार आ इह किसानां दे विरुद्ध जिहड़ा दुकानदार आ आढ़ती आ जां मैं शब्द वरतन लगा सिख नूं, वैसे शब्द नहीं दलित शब्द सिख दी जबान ते नहीं आउणा चाहीदा, सिख केवल सिख आ, खालसा केवल खालसा दी कोई जात पात नहीं, पर मैं इहनां लोकां दी बोली च बोलण डिया क्योंकि इह लोक चाहुंदे ने भी शहरी वोट व्यापारी वोट नूं ते दलित वोट नूं कैश करन वास्ते ते इहनां किसानां दे विरुद्ध जिहड़ा खड़ा कीता जा सके।
ਪਰ ਇਹ ਮਨਸੂਬੇ ਪੰਜਾਬ ਦੇ ਲੋਕ ਕਦੀ ਵੀ ਇਹਨਾਂ ਦੇ ਜਿਹੜੇ ਨੇ ਕਾਮਯਾਬ ਨਹੀਂ ਹੋਣ ਦੇਣਗੇ। ਇਸ ਕਰਕੇ ਅੱਜ ਜ਼ਮੀਰ ਦੀ ਲੜਾਈ ਲੜਨ ਵਾਸਤੇ, ਆਪਣੇ ਹੱਕਾਂ ਵਾਸਤੇ ਪੰਜਾਬ ਦੇ ਕਿਸਾਨ ਨਿਕਲੇ ਨੇ। ਸੋ ਕੱਲ੍ਹ ਤੱਕ ਦਿੱਲੀ ਜਿਹੜੀ ਉਹ ਫਤਿਹ ਹੋ ਜਾਏਗੀ। ਅੱਜ ਬਹੁਤ ਅੱਗੇ ਤੱਕ ਜਿਹੜਾ ਹਰਿਆਣਾ ਦਾ ਉਸ ਸਮੇਂ ਵੀ ਭਜਨ ਲਾਲ ਕਹਿੰਦਾ ਸੀ ਮੈਂ ਪੰਜਾਬ ਦੇ ਸਿੱਖਾਂ ਨੂੰ ਦਿੱਲੀ ਨਹੀਂ ਜਾਣ ਦੇਣਾ, ਅੱਜ ਹਰਿਆਣਾ ਪਾਰ ਕਰਕੇ ਪੰਜਾਬ ਦੇ ਸਿੱਖਾਂ ਨੇ ਤੇ ਕਿਸਾਨਾਂ ਨੇ ਵਿਖਾ ਦਿੱਤਾ ਵੀ ਇਹਨਾਂ ਦੇ ਗਾੜੀ ਕੋਈ ਵੱਡੀ ਚੀਜ਼ ਨਹੀਂ। ਪਰ ਉਦੋਂ ਕਿਤੇ ਜੇ ਇਹ ਪੰਜਾਬ ਦੇ ਲੋਕ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਰਦਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲਾਂ ਦੇ ਉੱਪਰ, ਗਵਾਹੀ ਦੇ ਉੱਪਰ ਪੂਰੇ ਉਤਰ ਜਾਂਦੇ ਤੇ ਇਹ ਦਿੱਲੀ ਇਹ ਮੰਗਾਂ ਤੁਹਾਡੀਆਂ ਜਿੱਤੇ ਅੱਜ ਸੰਘਰਸ਼ ਕਰਨਾ ਪੈ ਰਿਹਾ, ਤੁਹਾਨੂੰ ਕਰਨ ਦੀ ਲੋੜ ਨਹੀਂ ਸੀ ਪੈਣੀ ਜੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਉਸ ਸਮੇਂ ਮੰਨਿਆ ਜਾਂਦਾ। ਪਰ ਦਹਾਕਿਆਂ ਬਾਅਦ ਜਾ ਕੇ ਪੰਜਾਬੀਆਂ ਨੂੰ ਇਹ ਚੀਜ਼ ਦੀ ਸਮਝ ਆਈ, ਲੋਕਾਂ ਨੂੰ ਇਹ ਚੀਜ਼ ਦੀ ਸਮਝ ਆਈ, ਕਿਉਂਕਿ ਉਦੋਂ ਮੀਡੀਆ ਨਹੀਂ ਸੀ, ਸਰਕਾਰੀ ਤੰਤਰ ਨੇ ਇਸ ਨੂੰ ਵੱਖਵਾਦੀ ਦਾ ਮਤਾ ਜਿਹੜਾ ਉਹ ਬਣਾ ਕੇ ਪੇਸ਼ ਕੀਤਾ। ਪਰ ਅੱਜ ਪੰਜਾਬ ਦੇ ਕਿਸਾਨ ਨਿਕਲੇ ਨੇ, ਨੌਜਵਾਨ ਨਿਕਲੇ ਨੇ, ਬੇਨਤੀ ਆ ਬਹੁਤ ਹੀ ਸ਼ਾਂਤਮਈ ਇਹ ਜਿਹੜਾ ਪ੍ਰਦਰਸ਼ਨ ਆਪਣਾ ਕਰੋ, ਕਿਸੇ ਤਰ੍ਹਾਂ ਦੀ ਕੋਈ ਬਾਹਰੋਂ ਆਣ ਕੇ ਵੀ ਹੁੱਲੜਬਾਜ਼ੀ ਨਾ ਕਰੇ। ਸੋ ਇਸ ਮੋਏ ਮੋਰਚਾ ਜਿਹੜਾ ਉਹ ਫਤਿਹ ਹੋਏਗਾ, ਅਸੀਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਵਸ਼ਿੰਦਿਆਂ ਨੂੰ ਜਾਂ ਭਾਰਤ ਦੇ ਜਿਹੜੇ ਸੂਬਿਆਂ ਤੋਂ ਵੀ ਕਿਸਾਨ ਨਿਕਲ ਕੇ ਗਏ ਨੇ, ਸਾਰਿਆਂ ਨੂੰ ਵਧਾਈ ਦੇ ਪਾਤਰ ਮੰਨਦੇ ਹਾਂ। ਤੁਸੀਂ ਯਤਨ ਕੀਤੇ ਨੇ, ਸਫਲ ਜਿਹੜੇ ਸਫਲਤਾ ਮਹਾਰਾਜ ਉਸ ਅਕਾਲ ਪੁਰਖ ਨੇ ਦੇਣੀ ਆ, ਔਰ ਇਹਨਾਂ ਸਰਕਾਰਾਂ ਨੂੰ ਤੁਸੀਂ ਸ਼ੀਸ਼ਾ ਵਿਖਾਉਣ ਵਾਸਤੇ ਗਏ ਹੋ ਤਾਂ ਕਿ ਇਹਨਾਂ ਨੂੰ ਸਮਝ ਆ ਸਕੇ। ਇਸ ਕਰਕੇ ਇਹ ਜਿਹੜੀ ਹੁਣ ਲੜਾਈ ਹੈ, ਇਹ ਕੇਵਲ ਜ਼ਮੀਨ ਦੀ ਨਹੀਂ ਰਹਿ ਗਈ, ਇਹ ਜ਼ਮੀਰ ਦੀ ਲੜਾਈ ਜਿਹੜੀ ਲੜੀ ਜਾ ਰਹੀ ਹੈ, ਆਪਣੇ ਹੱਕਾਂ ਵਾਸਤੇ ਜਿਹੜਾ ਹੈ ਉਹ ਲੜਿਆ ਜਾ ਰਿਹਾ ਹੈ, ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜਾ ਸੈਲਫ ਡਿਫੈਂਸ ਵਾਸਤੇ ਇਹ ਲੋਕ ਜਿਹੜੇ ਉਹ ਲੜ ਰਹੇ ਨੇ। ਸੋ ਮੈਂ ਬੇਨਤੀ ਕਰਾਂਗਾ ਦੇਸ਼ਾਂ ਵਿਦੇਸ਼ਾਂ ਦੇ ਪੰਜਾਬੀਆਂ ਨੂੰ, ਸਿੱਖਾਂ ਨੂੰ ਵੀ, ਵੀ ਇਹਨਾਂ ਕਿਸਾਨਾਂ ਵੀਰਾਂ ਦੀ, ਇਹਨਾਂ ਜਥੇਬੰਦੀਆਂ ਦੀ ਆਪਾਂ ਵਿਦੇਸ਼ਾਂ ਤੋਂ ਵੱਧ ਜਿਹੜੀ ਸਪੋਰਟ ਕਰੀਏ, ਵੱਧ ਤੋਂ ਵੱਧ ਉਹਨਾਂ ਨੂੰ ਹੌਸਲਾ ਅਫਜ਼ਾਈ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵਿਦੇਸ਼ਾਂ ਦਾ ਬੈਠਾ ਵੀ ਸਿੱਖ ਜਿਹੜਾ ਉਹ ਸਾਡੇ ਨਾਲ ਹੈ, ਸਾਡੇ ਬਾਰੇ ਸੋਚਦਾ ਹੈ। ਜਿਵੇਂ ਵੱਡੇ ਵੱਡੇ ਅੱਗੇ ਇਕੱਠ ਰੈਲੀਆਂ ਕਰਕੇ ਅਤੇ ਕਿਸਾਨਾਂ ਦਾ ਜਿਹੜਾ ਸਾਥ ਦਿੱਤਾ ਗਿਆ, ਹੁਣ ਵੀ ਇੰਗਲੈਂਡ ਦੇ ਵਿੱਚ ਲੋਕਡਾਊਨ ਚੱਲਦੇ ਪਏ ਨੇ, ਆਉਣ ਵਾਲੇ ਸਮੇਂ 'ਚ ਫਿਰ ਵੱਡੇ ਇਕੱਠ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਿਹੜੇ ਜਾ ਸਕਦੇ ਨੇ, ਤਾਂ ਕਿ ਸਿਰਫ ਆ ਲੋਕਡਾਊਨ ਕਰਕੇ ਸਰਕਾਰੀ ਬੰਦਸ਼ਾਂ ਕਰਕੇ ਇਹ ਚੀਜ਼ਾਂ ਰੁਕੀਆਂ ਹੋਈਆਂ ਨੇ। ਸੋ ਅਸੀਂ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ, ਪੰਜਾਬ ਦੇ ਕਿਸਾਨਾਂ ਦਾ ਸਾਥ ਜਿਹੜਾ ਉਹ ਦੇਵਾਂਗੇ, ਕਿਉਂਕਿ ਅਸੀਂ ਆਪ ਕਿਸਾਨ ਆ, ਅਸੀਂ ਉਸ ਪੰਜਾਬ ਦੀ ਮਿੱਟੀ ਤੋਂ ਆਏ ਹਾਂ, ਉਸ ਪੰਜਾਬ ਦੀ ਜ਼ਮੀਨ ਦਾ, ਉਸ ਮਿੱਟੀ ਦਾ ਕਰਜ਼ ਸਾਡੇ ਉੱਤੇ ਆ, ਅਸੀਂ ਉਸ ਦਾ ਅੰਨ ਖਾ ਕੇ ਵੱਡੇ ਹੋ ਕੇ ਇੱਥੋਂ ਤੱਕ ਪਹੁੰਚੇ ਹਾਂ, ਅਤੇ ਅਸੀਂ ਉਸ ਧਰਤੀ ਮਾਂ ਦਾ ਜਿਹੜਾ ਹੈ ਉਹ ਕਰਜ਼ ਹੈ ਜਿਹੜਾ, ਉਹਨੂੰ ਕਦੀ ਵੀ ਅਸੀਂ ਮਤਰਈ ਮਾਂ ਵਾਲਾ ਸਲੂਕ ਨਹੀਂ ਹੋਣ ਦਿਆਂਗੇ, ਅਸੀਂ ਕਦੀ ਵੀ ਕਪੁੱਤ ਵਾਲਾ ਸਲੂਕ ਨਹੀਂ ਹੋਣ ਦਿਆਂਗੇ, ਸਪੁੱਤਰ ਬਣ ਕੇ ਵਿਖਾਉਣ ਦਾ ਯਤਨ ਕਰਾਂਗੇ ਤਾਂ ਕਿ ਉਹ ਸਾਡੀ ਧਰਤੀ ਮਾਂ ਸਾਡੇ ਉੱਤੇ ਉਹਦਾ ਜਿਹੜਾ ਕਰਜ਼ ਹੈ, ਅਸੀਂ ਵੱਧ ਤੋਂ ਵੱਧ ਕਿਸਾਨਾਂ ਦਾ ਜਿਹੜਾ ਸਾਥ ਦਿਆਂਗੇ। ਇਸ ਤਰ੍ਹਾਂ ਸਾਰੀਆਂ ਸੰਗਤਾਂ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਸਾਥ ਦਿਓ, ਕਿਸਾਨਾਂ ਦੇ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਨੇ, ਕਿਸਾਨਾਂ ਦੇ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ, ਪੰਜਾਬ ਦੇ ਵਿੱਚ ਬਹੁਤ ਇੰਟਰਨੈਟ ਦੇ ਉੱਤੇ ਵੀ ਪਾਬੰਦੀਆਂ ਲੱਗ ਰਹੀਆਂ ਨੇ, ਪਰ ਜਿਹੜੀ ਵੀ ਕਿਸਾਨਾਂ ਦੇ ਹੱਕ ਦੀ ਪੋਸਟ, ਕਿਸਾਨਾਂ ਦੇ ਸੰਘਰਸ਼ ਦੀਆਂ ਪੋਸਟਾਂ ਤੁਹਾਡੇ ਕੋਲ ਪਹੁੰਚਦੀਆਂ ਨੇ, ਭਾਵੇਂ ਵਟਸਐਪ ਆ, ਫੇਸਬੁੱਕ ਆ, ਯੂਟਿਊਬ ਆ, ਜਿੱਥੇ ਜਿੱਥੇ ਵੀ ਸੋਸ਼ਲ ਮੀਡੀਆ ਰਾਹੀਂ ਉਹਨੂੰ ਇੰਨਾ ਕੁ ਸਾਥ ਦੇ ਦਿਓ, ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਤਾਂ ਕਿ ਉਹ ਆਵਾਜ਼ ਲੋਕਾਂ ਤੱਕ ਜਿਹੜੀ ਸਾਡੀ ਆਵਾਜ਼ ਜਿਹੜੀ ਹੈ ਉਹ ਪਹੁੰਚੇ। ਫਿਰ ਅਸੀਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਾ, ਪੰਜਾਬ ਦੇ ਲੋਕਾਂ ਦਾ, ਨੌਜਵਾਨਾਂ ਦਾ, ਮੈਂ ਵੇਖਿਆ ਬਜ਼ੁਰਗ ਮਾਤਾ ਜਿਹੜੀਆਂ ਡੰਡੇ ਨਾਲ ਫੜ ਕੇ ਚੱਲਦੀਆਂ ਤੁਰਦੀਆਂ ਡਗੋਰੀ ਲੈ ਕੇ, ਉਹ ਵੀ ਅੱਜ ਦਿੱਲੀ ਨੂੰ ਕੂਚ ਕਰਕੇ ਕਿਸਾਨਾਂ ਦੇ ਨਾਲ ਜਾ ਰਹੀਆਂ ਆਪਣੀ ਅਣਖ ਦੀ ਲੜਾਈ ਲੜਨ ਵਾਸਤੇ। ਜਦੋਂ ਬੱਚਾ ਜਵਾਨ ਅਤੇ ਬਜ਼ੁਰਗ ਘਰਾਂ ਤੋਂ ਨਿਕਲ ਆਵੇ, ਫਿਰ ਉਹਦੇ ਗਾੜੀ ਕੋਈ ਵੀ ਖੱਡੇ ਪੁੱਟੇ, ਟੋਏ ਪੁੱਟੇ, ਪੱਥਰ ਸੁੱਟਿਆ, ਮੈਂ ਨਾ ਪਰਬਤ ਵੀ ਜਿਹੜੇ ਉਹ ਵੀ ਰਸਤਾ ਜਿਹੜਾ ਉਹ ਦੇ ਦੇਣਗੇ, ਕਿਉਂਕਿ ਇਹ ਐਸਾ ਇੱਕ ਇਤਿਹਾਸ ਵੱਖਰਾ ਸਿਰਜਿਆ ਜਿਹੜਾ ਜਾਂਦਾ। ਸੋ ਇਹ ਇੱਕ ਸਾਡਾ ਇਤਿਹਾਸ ਵੀ ਇਸ ਚੀਜ਼ ਆ, ਕਦੀ ਪੰਜਾਬੀ ਜਿਹੜੇ ਕਿਸੇ ਗੱਲੋਂ ਪਿੱਛੇ ਨਹੀਂ ਹਟੇ, ਹਰ ਬੰਦੇ ਹੀ ਪੰਜਾਬੀਆਂ ਨੇ ਇਸ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ, ਇਸ ਦੇਸ਼ ਵਾਸਤੇ ਵੱਡੇ ਸੰਘਰਸ਼ ਜਿਹੜੇ ਉਹ ਕੀਤੇ ਨੇ। ਸੋ ਅੱਜ ਆਪਣੀ ਹੋਂਦ ਵਾਸਤੇ, ਆਪਣੀ ਜ਼ਮੀਰ ਵਾਸਤੇ ਤੁਰੇ ਨੇ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਜਿਹੜੀਆਂ ਸੰਗਤਾਂ ਵੇਖ ਰਹੀਆਂ ਸਨ ਲਾਈਵ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਯਤਨ ਕਰਿਓ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ, ਔਰ ਜਿਸ ਮੀਡੀਆ 'ਤੇ ਤੁਸੀਂ ਵੇਖ ਰਹੇ ਹੋ ਇਹਨੂੰ ਫੋਲੋ ਕਰਨ ਦਾ ਯਤਨ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਿਚਾਰਾਂ ਵੀ ਆਪ ਨਾਲ ਸਾਂਝੀਆਂ ਕਰਕੇ ਆਪ ਤੱਕ ਪਹੁੰਚਾਈਆਂ ਜਾ ਸਕਣ। ਬੇਅੰਤ ਭੁੱਲਾਂ ਦੀ ਖਿਮਾ ਕਰਨਾ, ਆਪ ਜੀ ਦੇ ਚਰਨਾਂ ਦੀ ਧੂੜ ਆਪ ਦਾ ਦਾਸ, ਭਾਈ ਕਪਤਾਨ ਸਿੰਘ ਦਿਓ ਇਜਾਜ਼ਤ, ਫਿਰ ਕਿਸੇ ਨਾ ਕਿਸੇ ਪ੍ਰੋਗਰਾਮ ਰਾਹੀਂ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।